ਪੁਲਿਸ ਵੱਲੋਂ ਇਹ ਕੈਟਾਗਰੀ ਦੇ ਇੱਕ ਬਦਮਾਸ਼ ਨੂੰ ਜ਼ਿਲ੍ਹਾ ਰੋਪੜ ਦੇ ਕਸਬਾ ਕਨੌਲ ਇਲਾਕੇ ਵਿੱਚੋਂ ਕਾਬੂ ਕੀਤਾ ਗਿਆ। ਇਸ ਦੌਰਾਨ ਦੋਸ਼ੀ ਕੋਲੋਂ 315 ਬੋਰ ਦੇ 3 ਦੇਸੀ ਪਿਸਟਲ, 12 ਬੋਰ ਤੇ 32 ਬੋਰ ਬਰਾਮਦ ਕੀਤੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੋਪੜ ਦੇ SSP ਨੇ ਇਸ ਬਾਰੇ ਖੁੱਲ੍ਹ ਕੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਕੀਤੀ ਗਈ ਕਾਰਵਾਈ ਦੇ ਦੌਰਾਨ ਅਹਿਮ ਖੁਲਾਸੇ ਕੀਤੇ ਜਾ ਸਕਦੇ ਨੇ। ਯਾਦਵਿੰਦਰ ਹੈ ਉਰਫ ਯਾਦੀ, 22 ਸਾਲ ਉਮਰ ਹੈ ਇਹਦੀ। ਇਹ ਰਿੰਦਾ ਗਰੁੱਪ ਨਾਲ ਐਸੋਸੀਏਟਿਡ ਬੰਦਾ ਹੈ। ਇਹਨੂੰ ਸਾਡੀ CIE ਦੀ ਟੀਮ ਨੇ ਫੜਿਆ। ਅੱਜ ਕੱਲ੍ਹ ਜ਼ਿਆਦਾਤਰ ਇਹ ਪਿੰਜੌਰ ਸਾਈਡ ਹਾਈਡ ਆਊਟ ਸੀਗਾ, ਉੱਥੇ ਰਹਿ ਰਿਹਾ ਸੀਗਾ ਅਤੇ ਬੱਤੀ ਨਾਲਾਗੜ੍ਹ ਦਾ ਜਿਹੜਾ ਇੰਡਸਟਰੀਅਲ ਏਰੀਆ ਉੱਥੇ ਫਿਰੌਤੀ ਕਰਦਾ ਸੀਗਾ, ਛੋਟੀ ਤੋਂ ਲੈ ਕੇ ਵੱਡੀ। ਟਾਰਗੇਟ ਜ਼ਿਆਦਾਤਰ ਇਹਦੇ ਕਬਾੜੀਆਂ ਹੁੰਦੇ ਸੀਗੇ ਅਤੇ 5-6 ਮਾਮਲੇ ਕਤਲ ਦੇ, ਅਟੈਂਪਟ ਟੂ ਮਰਡਰ, ਐਕਸਟ੍ਰੋਸ਼ਨ ਦੇ ਪਹਿਲਾਂ ਹੀ ਦਰਜ ਹੈ ਅਤੇ ਇੱਕ ਟਾਈਮ 'ਤੇ ਇਹ ਦਿਲਪ੍ਰੀਤ ਦਾ ਵੀ ਕਾਫੀ ਕਲੋਜ਼ ਰਿਹਾ ਹੈ। ਵਾਰਦਾਤਾਂ ਜ਼ਿਆਦਾਤਰ ਐਕਸਟ੍ਰੋਸ਼ਨਸ ਹੈ ਅਤੇ ਇੰਟਰ ਗੈਂਗ ਰਾਈਵਲਰੀ ਹੈ। 3 ਵੈਪਨ ਵੀ ਫੜੇ ਹੈ। ਵੈਪਨ ਜਿਹੜੇ ਹੈਗੇ ਮੇਰਠ ਦੇ ਏਰੀਆ ਤੋਂ ਲੈ ਕੇ ਆਏ, ਕੋਈ 70 ਕਿਲੋਮੀਟਰ ਹੈ ਕੁਝ ਜਗ੍ਹਾ ਮੇਰਠ ਤੋਂ, ਅਤੇ ਉਹ ਵੈਪਨ ਵੀ ਸੁਖਪ੍ਰੀਤ ਨੇ ਇਹਨੂੰ ਹੈਲਪ ਕੀਤੀ ਹੈ ਅਰੇਂਜ ਕਰਨ 'ਚ। ਵੈਪਨਸ ਨਾਲ ਹੁਣ ਤੱਕ ਤਾਂ ਕੋਈ ਸਾਹਮਣੇ ਨਹੀਂ ਆਇਆ, ਇੰਟਰੋਗੇਸ਼ਨ ਇਨਵੈਸਟੀਗੇਸ਼ਨ ਜਾ ਰਹੀ ਹੈ। ਮਰਡਰ ਇੱਕ ਤਾਂ ਨੰਗਲ ਮਰਡਰ ਹੋਇਆ ਸੀਗਾ ਅਤੇ ਇੱਕ ਸ਼ਰਮਾ ਕਰਕੇ ਇਹਨਾਂ ਨੇ, ਦਿਲਪ੍ਰੀਤ ਹੋਣਾ ਨੇ ਜਿਹੜਾ ਮਾਰਿਆ ਸੀਗਾ ਮੁੰਡਾ, ਉਹ ਮਰਡਰ ਕੀ ਸੀ। ਪਰਮਾਨੈਂਟ ਕਿੱਥੋਂ ਦਾ ਰੈਜ਼ੀਡੈਂਟ ਹੈ? ਅਨੰਦਪੁਰ ਸਾਹਿਬ ਦਾ ਰੈਜ਼ੀਡੈਂਟ। ਇਨਵੈਸਟੀਗੇਸ਼ਨ ਦੇਖਿਓ, ਕੋਈ ਹੋਰ ਵੀ ਚੀਜ਼ਾਂ ਸਾਹਮਣੇ ਆਉਂਦੀਆਂ, ਕੋਈ ਹੋਰ ਕ੍ਰਾਈਮ ਕੀਤਾ ਹੋਇਆ। ਮਹਾਰਾਸ਼ਟਰ ਵੀ 2 ਵਾਰ ਗਿਆ ਮਹਾਰਾਸ਼ਟਰ, ਉਹਦੇ ਨਾਲ ਅਤੇ ਰਿੰਦੇ ਦਾ ਉੱਥੇ ਐਕਸਟ੍ਰੋਸ਼ਨ ਰੈਕਟ ਚੱਲਦਾ, ਬਹੁਤ ਔਰਗਨਾਈਜ਼ ਚੱਲਦਾ ਅਤੇ ਉਹੀ ਚੀਜ਼ ਉਹਨਾਂ ਨੇ ਡੁਪਲੀਕੇਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਇੱਕ ਤਾਂ ਨਾਲਾਗੜ੍ਹ ਹੈ, ਇੱਕ ਬੱਦੀ ਇੰਡਸਟਰੀਅਲ ਏਰੀਆ ਹੈ। ਟਾਰਗੇਟ ਕਬਾੜੀਆਂ ਨੂੰ ਕਰਦੇ ਸੀਗੇ, ਜਿਹੜੇ ਵੱਡੇ ਕਬਾੜੀ ਹੈ ਹਿਮਾਚਲ 'ਚ ਜਾਂ ਵਾਈਨ ਕੰਟਰੈਕਟਰ। ਟਾਰਗੇਟ ਉਹੀ ਹੁੰਦਾ ਸੀਗਾ ਕਿ ਫਰੌਤੀ ਮੰਗਣੀ ਅਤੇ ਕਲੈਕਟ ਕਰਨੀ, ਅਤੇ ਕਿੰਨੀ ਮੰਗੀ ਕਿੰਨੀ ਕਲੈਕਟ ਹੋਈ ਇਟਸ ਮੈਟਰ ਆਫ ਇਨਵੈਸਟੀਗੇਸ਼ਨ। ਸ਼ਾਮ ਤੱਕ ਕੁਛ ਨਿਕਲ ਕੇ ਆਊਗਾ। ਜਸਵੀਰ ਸੈਣੀ ਦੀ ਰਿਪੋਰਟ।